ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲੇ ਜੀ, ਸੰਗੀ ਦੋਸਤ ਤੱਕਣੇ ਲੇ ਜੀ, ਬਜ਼ੁਰਗ ਤੱਕਣੇ ਲੇ ਜੀ, ਬੱਚੇ ਤੱਕਣੇ ਲੇ ਜੀ, ਔਰ ਜਿਸ ਕੰਟਰੀ 'ਚ ਤੱਕਣੇ ਲੇ ਜੀ, ਦੇਸੀ ਚੈਨਲ ਬ੍ਰੈਡ ਫਾਰ ਇੰਡੀਅਨ ਤਰਫੋਂ ਤੁਸਾਂ ਕੀ ਬਹੁਤ ਬਹੁਤ ਸਲਾਮ ਵਾਲੇਕਮ। ਇੱਕ ਪਿਆਰ ਨਾਲ, ਇੱਕ ਮੁਹੱਬਤ ਨਾਲ, ਔਰ ਇੱਕ ਸਪੋਰਟ ਨਾਲ, ਮਕਬੂਜ਼ਾ ਕਸ਼ਮੀਰ ਸੁਕਿੰਨੀ, ਜੰਮੂ ਕਸ਼ਮੀਰ ਸੁਕਿੰਨੀ, ਪਾਕਿਸਤਾਨ ਸੁਕਿੰਨੀ, ਬਠਾਣ ਸਾਡੇ ਭੈਣਾਂ ਭਰਾ, UK, ਆਲ ਵਰਲਡ, ਜਿਸ ਕੰਟਰੀ 'ਚ ਸਾਡੇ ਭੈਣਾਂ ਭਰਾ ਰਹੇ ਨੇ, ਸਾਡੀ ਸਪੋਰਟ ਕਰਨੇ, ਔਰ ਦੇਸੀ ਚੈਨਲ ਬ੍ਰੈਡ ਫੋਰ ਕੀ ਸਬਸਕ੍ਰਾਈਬ ਕਰਨੇ, ਲਾਈਕ ਕਰਨੇ, ਸ਼ੇਅਰ ਕਰਨੇ, ਬਹੁਤ ਬਹੁਤ ਸ਼ੁਕਰੀਆ ਜਨਾਬ ਸਾਰਿਆਂ ਭੈਣਾਂ ਭਰਾ ਨੂੰ। ਔਰ ਉਮੀਦ ਕਰਨਾ ਤੁਸੀਂ ਸਾਰੇ ਭੈਣਾਂ ਭਰਾ ਠੀਕ ਹੋ ਸੋ, ਖੁਸ਼ਬਾਸ਼ ਹੋ ਸੋ, ਔਰ ਅੱਲਾ ਪਾਕ ਨੇ ਇੱਜ਼ਤ ਅਮਾਨ 'ਚ ਹੋ ਸੋ, ਅਤੇ ਅੱਲਾ ਪਾਕ ਸੰਗੀ ਖੁਸ਼ ਰੱਖਿਆ ਜੀ, ਅੱਲਾ ਪਾਕ ਸੰਗੀ ਆਬਾਦ ਰੱਖਿਆ ਜੀ, ਅੱਲਾ ਪਾਕ ਹਰ ਕਿਸਮ ਦੀ ਸੀ ਖੁਸ਼ੀ ਦੇ ਜੀ, ਅੱਲਾ ਪਾਕ ਜੋ ਸੰਕਾਰੀ ਦੁੱਖ, ਮੁਸੀਬਤ, ਪਰੇਸ਼ਾਨੀ, ਬਿਮਾਰੀ, ਅੱਲਾ ਪਾਕ ਸਭ ਦੂਰ ਕਰੇ। ਭੈਣਾਂ ਭਰਾਵਾਂ ਕੀ ਸਾਰਿਆਂ ਕੀ ਖੁਸ਼ ਰੱਖੇ, ਜਿਹੜੀ ਸਾਡੀ ਸਪੋਰਟ ਕਰਨੀ ਔਰ ਸੋਹਣੇ ਸੋਹਣੇ ਕਮੈਂਟ ਦੇਣੇ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਜਿਤਨੇ ਮਾਰੇ ਪਿਆਰੀਆਂ ਭੈਣਾਂ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੀਆਂ ਬੱਚੇ, ਸਾਰੇ ਹੀ ਮਾਰੇ ਤਰਫੋਂ, ਮਾਰੀ ਪੂਰੀ ਫੈਮਿਲੀ ਤਰਫੋਂ, ਸਾਡੇ ਦੇਸੀ ਚੈਨਲ ਬ੍ਰਫਨ ਤਰਫੋਂ ਬਹੁਤ ਬਹੁਤ ਅਸਲਾਮ ਵਾਲੇਕੁਮ, ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਤੇਰਾ ਪਿਆਰ ਨਾਲ, ਤੇਰਾ ਸਪੋਰਟ ਨਾਲ, ਸਰ ਦੇਸੀ ਚੈਨਲ ਬ੍ਰਫਾ ਕੇ ਸਬਸਕ੍ਰਾਈਬ ਕਰਨੇ ਨਾਲ, ਲਾਈਕ ਕਰਨੇ ਨਾਲ, ਸ਼ੇਅਰ ਕਰਨੇ ਨਾਲ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅੱਲਾ ਪਾਕ ਸਾਰੇ ਭੈਣਾਂ ਭਰਾ, ਬਜ਼ੁਰਗ ਬੱਚੇ ਖੁਸ਼ ਰੱਖੇ, ਅੱਲਾ ਪਾਕ ਆਬਾਦ ਰੱਖੇ, ਅੱਲਾ ਜੀ ਸੰਚੋਲੀ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ, ਅੱਜ ਸਰਕਾਰ ਹਮੇਸ਼ਾ ਰਿਸਕ ਨਾਲ ਭਰੇ ਰਹੇ, ਆਮੀਨ। ਜਿਤਨੇ ਸਰ ਪਿਆਰੇ ਭੈਣਾਂ ਭਰਾ ਨਾਲ, ਸਾਰਿਆਂ ਨੂੰ ਨਾਮ ਕਿਨ ਸਮੇ ਅੱਖਾਂ ਮੌਜਾ, ਤੁਸੀਂ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਅੱਖਾਂ ਮੌਜਾ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਸਾਰੇ ਪਿਆਰੇ ਸਿਸਟਰ ਨਈਰ ਹੁਸੈਨ, ਤੁਹਾਨੂੰ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸਮ ਔਰ ਪੁੱਛਣੇ ਸੇ ਕਿ ਤੁਸੀਂ ਕਾਰ ਕਿਸ ਤਰ੍ਹਾਂ ਰਹਿੰਦੇ ਪਿਓ, ਆਸਾਂ ਜਿਸ ਤਰ੍ਹਾਂ ਰਹੀ ਨਾ ਇਸ ਤਰ੍ਹਾਂ ਰਹਿੰਦੇ ਪਿਓ, ਮਸਲਾ। ਅੱਛਾ ਜੀ, ਸਾਡੇ ਭਰਾ ਹੀ ਆ ਭੇਣੀ, ਇਹ ਕੋਈ ਪਤਾ। ਅੱਛਾ, ਸਮ ਹੋਰਾਂ ਪੁੱਛਿਆ ਸਰ ਜੀ ਤੁਸੀਂ ਰਹਿਣੇ ਕਿਸ ਤਰ੍ਹਾਂ ਹੋ? ਅਸਲ ਗੱਲ ਇਹ ਜੀ, ਇਹ ਰੂਮ ਸਾਡੇ ਕੋਲ ਐਕਸਟਰਾ ਹੀ ਹੈ, ਜਿੱਥੇ ਅਸਾਂ ਨਾਸ਼ਤਾ ਵਗੈਰਾ ਕਰਨੇ ਆ, ਰੋਟੀ ਖਾਣੇ ਆ, ਇਹ ਤੁਸੀਂ ਪਹਿਲੀ ਵੀਡੀਓ ਸਾਡੀ ਤੱਕਣੀ ਹੋ, ਸੋ ਇਹ ਜਿਹੜੀ ਰੂਮ ਹੈ ਐਕਸਟਰਾ ਹੀ ਹੈ। ਜਿਹੜੀ ਬੈਕ ਰੂਮ ਹੀ ਨਾ, ਜਿਸ ਕਿ ਬੜੀ ਰੂਮ ਅਸਾਂ ਆਉਣੇ ਆ, ਉਹ ਅਸਾਂ ਰਿਪੇਅਰ ਕਰਾਉਣੇ ਆ, ਅਪਰੂ ਬਾਥ ਤੇ ਟਾਇਲਟ ਵਗੈਰਾ ਉਹ ਰਿਪੇਅਰ ਕਰਾ ਸਾਂ, ਉਹ ਰੂਮਾਂ ਰੈਡੀ ਹੋਈ ਰਹੀ ਸਨ, ਫਿਰ ਅਸਾਂ ਕਰਾ ਸਾਂ ਕਿਚਨ ਉਹਨਾਂ ਕੋਲ, ਬਸ ਕਿਚਨ ਐਂਡ ਪਰ ਸੈਪਰੇਟ ਸੈਪਰੇਟ ਕਰਾਈਦਾ, ਕਿ ਇੱਕਦਮ ਅਗਰ ਅਸਾਂ ਸਾਰਾ ਕੰਮ ਕਰਾਉਣ, ਕਿਚਨ ਪੱਟੀ ਸੱਟਾਂ ਜਾਂ ਆਪਣੀਆਂ ਬੈਡਰੂਮਾਂ ਪੱਟੀ ਸੱਟਾਂ, ਫਿਰ ਸਾਡੇ ਤੇ ਮੁਸ਼ਕਿਲ ਬਣ ਜਾਣੀ, ਕਿ ਖਾਣੇ ਪੀਣੇ ਆ ਅਸਾਂ ਇਸ ਰੂਮਾਂ ਵਿੱਚ, ਤਾਂ ਸੇਣੇ ਵਾਲੀਆਂ ਰੂਮਾਂ ਜਿਹੜੀਆਂ ਉਹ ਹਾਲੇ ਅਸੀਂ ਕੋਈ ਨਹੀਂ ਪਟਾਈਆਂ, ਉਹ ਨੀਚੇ ਵਾਲਾ ਕੰਮ ਹੋਈ ਰਹੀ ਸੀ, ਕਿਚਨ ਹੋਈ ਰਹੀ ਸੀ, ਬੈਕ ਰੂਮ ਹੋਈ ਰਹੀ ਸੀ ਬੜੀ, ਟਾਇਲਟ ਬਾਥ ਇਹ ਹੋਈ ਰਹੀ ਸਨ ਰੱਡੀ, ਅਤੇ ਫਿਰ ਜਾਣਾ ਅਸਾਂ ਉਹਨਾਂ ਨੂੰ ਕੰਮ ਸਟਾਰਟ ਕਰਾਂ ਸਲੋਲੀ ਸਲੋਲੀ, ਕਿ ਇੱਕਦਮ ਅਗਰ ਸਾਰੀਆਂ ਰੂਮਾਂ ਸਾਂ ਪੱਟੀ ਸੱਟੀਆਂ, ਪੂਰਾ ਮਕਾਨ ਪੱਟੀ ਸੱਟਿਆ, ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਬਣੀ ਜਾਣਾ, ਅਸਾਂ ਅੰਦਰ ਰਹਿਣੇ ਆ ਇੱਥੇ ਜੀ। ਜ਼ਰੇ ਬੜੇ ਬੜੇ ਪਿਆਰੇ ਭਰਾ ਮੁਹੰਮਦ ਇਸ਼ਾਕ ਹੈ, ਔਰ ਇਸ਼ਾਕ ਹੈ ਭਾਈ, ਇਸ਼ਾਕ ਹੈ ਭਾਈ, ਇਸ਼ਾਕ ਹੈ ਕਿਹੜੇ ਭਾਈ, ਇਸ਼ਾਕ ਔਰ ਕਮਰਾਨ ਸੀ, ਸਲਾਮ ਸੁਆ, ਸਲੋ ਸੋ ਜੀ, ਭਾਈ ਇਸ਼ਾਕ ਔਰ ਕਮਰਾਨ ਸੀ ਸਾਡੇ ਬੇਟੇ, ਤੁਹਾਨੂੰ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਬੜੇ ਅਰਸੇ ਬਾਅਦ ਯਕੀਨ ਕਰੋ ਵਾਪਸ ਆਇਆ, ਤਾਂ ਅਸੀਂ ਦਿਲਾਂ ਦੀ ਬੜੀ ਖੁਸ਼ੀ ਹੋਣੀ, ਪੂਰੀ ਫੈਮਿਲੀ ਦੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਰ। ਪਿਆਰੀਆਂ ਸਿਸਟਰ ਸਫ ਐਕ, ਸ਼ਹੀਨ ਅਲੀ, ਮਿਸਿਸ ਕੁਰੇਸ਼ੀ, ਫਰਜ਼ਾਨਾ ਬੀ, ਖਮ ਅਲੀ, ਆਲੀਆ, ਆਲੀਆ ਪੁੱਛਣੇ ਸੇ ਸਰ ਲੈਫਟ ਹੱਥ ਨਾ ਖਾਣੇ, ਲੈਫਟ ਹੱਥ ਨਾ ਖਾਣੇ ਸਰ, ਰਾਈਟ ਨਾ ਖਾਣੇ, ਲੇਕਿਨ ਵੀਡੀਓ ਚ ਪਤਾ ਲਾਣਾ ਜੇ ਲੈਫਟ ਹੈਂਡ ਆ। ਅੱਛਾ, ਸਾਡੀ ਪਿਆਰੀ ਭੈਣ ਆਲੀਆ ਜੀ, ਉਹਨਾਂ ਆਖਿਆ ਸਰ ਜੀ ਤੁਸੀਂ ਖਾਣਾ ਖਾਣੇ ਲੈਫਟ ਹੈਂਡ ਨਾਲ ਨੀ,
ਅਸਾਂ ਹੁਣ ਸੈਲਫੀ ਪਰ ਹੁਣ ਤੱਕ ਸਾਰੀ ਸੈਲਫੀ ਹੈ ਜੀ ਹਾਂ ਠੀਕ ਹੈ ਤਾਂ ਬੰਦਾ ਸਮਝਨੇ ਜੇ ਲੈਫਟ ਹੈਂਡ ਨਾਲ ਖਾਣੇ ਆ ਜੇ ਅੱਜ ਇਸ ਟਾਈਮ ਸੈਲਫੀ ਹੋ ਰਸ ਨੇ ਸੱਜਾ ਥਾ ਇਹ ਸੱਜਾ ਆ ਸਾਡਾ ਉਹ ਸਕਣਾ ਸਹੀ ਖੱਬਾ ਦਿਸਣਾ ਵੈ ਜੀ ਔਰ ਟੀਵੋ ਜੀਤ ਸਿੰਘ ਬਾਬੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਟੀਵੋ ਜੀ ਮੁਹੰਮਦ ਅਦਨਾਨ ਇਮਤਿਆਜ਼ ਸਰ ਪ੍ਰਭੂ ਬਾਬੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਮੁਹੰਮਦ ਇਦਨਾਨ ਭਾਈ ਸਾਰੇ ਸ਼ੁਕਰੀਆ ਤੁਹਾਨੂੰ ਅਰਵੰਸ਼ ਮਾਨੀਅਤ ਸਿੰਘ ਬਾਬੂ ਮਿਹਰਬਾਨੀ ਬਾਬੂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਭਾਈ ਨਦੀਮ ਖਾਨ ਬਾਬੂ ਮਿਹਰਬਾਨੀ ਬਾਬੂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਭਾਈ ਨਦੀਮ ਜੀ ਬਹੁਤ ਬਹੁਤ ਸ਼ੁਕਰੀਆ ਸਰ ਸਿਸਟਰ ਰਹੀਲ ਸਿਸਟਰ ਦੇ ਭਰਾ ਰਹੀਲ ਚੌਧਰੀ ਡਾਇਸਨ ਸਟ੍ਰੀਮ ਸਪੇਸ ਸਰ ਸਿਸਟਰ ਨਾਜ਼ੀਆ ਔਰ ਭਾਈ ਹਾਜੀ ਅਬਦੁਲ ਖਾਲਿਕ ਫਰਮ ਬ੍ਰਾਡਫੋਰਡ ਸਾਹਿਬ ਬਿਲਕੁਲ ਜੀ ਸਾਡੇ ਬੜੇ ਪਿਆਰੇ ਅੰਕਲ ਜਾਂ ਭਾਈ ਹੈ ਸਾਡੇ ਹਾਜੀ ਅਬਦੁਲ ਖਾਲਿਕ ਹਾਜੀ ਅਬਦੁਲ ਖਾਲਿਕ ਬਹੁਤ ਬਹੁਤ ਸ਼ੁਕਰੀਆ ਜੀ ਪੂਰੀ ਫੈਮਿਲੀ ਨਾਲ ਬਹੁਤ ਬਹੁਤ ਸ਼ੁਕਰੀਆ ਤਾਂ ਹੁਣ ਅਸਾਂ ਸ਼ਾਊਟ ਆਊਟ ਕਰਸਾਂ ਸਾਰੇ ਬੜੇ ਪਿਆਰੇ ਬੇਟੇ ਨਾਸਿਰ ਹੁਸੈਨ ਉਹਨੇ ਕਿ ਸ਼ਾਊਟ ਮੈਂ ਬੁਰੀ ਸੁਆ ਬੁਰੀ ਟਾਊਨ ਮਨਚੈਸਟਰ ਤਾਂ ਮਰਕਜ਼ਨ ਕੀ ਸ਼ਾਊਟ ਆਊਟ ਕਰੋ ਮੁਬਾਰਕ ਦਿਓ ਜ਼ਹੀਰ ਕੀ ਸ਼ਾਦੀ ਦੀ ਸਾਲਗਿਰਾ ਅੱਛਾ ਜੀ ਬਿਲਕੁਲ ਜੀ ਸਾਡੇ ਬੜੇ ਪਿਆਰੇ ਭਾਈ ਆ ਕਿਆ ਨਾਂ ਸਨ ਸਰ ਬੜੇ ਪਿਆਰੇ ਬੇਟੇ ਨਾਸਿਰ ਹੁਸੈਨ ਬੇਟੇ ਜੀ ਸਾਡੇ ਨਾਸਿਰ ਹੁਸੈਨ ਬਰੀ ਮਨਚੈਸਟਰ ਬਰੀ ਸੁਵੇ ਜੀ ਮਨਚੈਸਟਰ ਸੋ ਜੀ ਤਾਂ ਉਹਨਾਂ ਹਮਾਰੇ ਕਜ਼ਨ ਜ਼ਹੀਰ ਕੀ ਸ਼ਾਦੀ ਮੁਬਾਰਕ ਦਿਓ ਬਿਲਕੁਲ ਜੀ ਉਹਨਾਂ ਨੇ ਕਜ਼ਨ ਦੀ ਸ਼ਾਦੀ ਸੀ ਕਿਆ ਨਾਂ ਸਨ ਉਹਨਾਂ ਕਜ਼ਨ ਜ਼ਹੀਰ ਜ਼ਹੀਰ ਜੀ ਤਾਂ ਤੁਸਾਂ ਕੀ ਜੀ ਸ਼ਾਦੀ ਬਹੁਤ ਬਹੁਤ ਮੁਬਾਰਕ ਜੀ ਬਹੁਤ ਬਹੁਤ ਭਾਈ ਜ਼ਹੀਰ ਸੋ ਸ਼ਾਦੀ ਬਹੁਤ ਸ਼ਾਦੀ ਮੁਬਾਰਕ ਬਿਲਕੁਲ ਜੀ ਬਿਲਕੁਲ ਤਾਂ ਬਾਕੀ ਜੀ ਸਾਰਿਆਂ ਭੈਣਾਂ ਭਰਾਵਾਂ ਦਾ ਫਿਰ ਸ਼ੁਕਰੀਆ ਅਦਾ ਕਰਨੇ ਆ ਤਾਂ ਮਸਾਂ ਨੂੰ ਕੰਮ ਕਾਫੀ ਗੱਲ ਨੇ ਇਹ ਕੰਮ ਜਿਹੜਾ ਤੁਸੀਂ ਪਤਾ ਆ ਇੱਕ ਦੋ ਰੋਜ਼ ਪਲੰਬਰਾਂ 'ਚ ਨੇ ਮੁੜੀ ਫਿਰ ਕੋਈ ਨਹੀਂ 'ਚ ਨੇ ਕਈਆਂ ਦੂਜੀਆਂ ਹੋਰ ਵੀ ਜਿਹੀ ਇਹਨਾਂ ਜਾਬਾਂ ਵਾਲੀਆਂ ਵੀ ਹੋਣੀਆਂ ਨਾ ਤੇ ਜਿਹੜੇ ਸਾਡੇ ਘਰ ਲੇਵ ਨੇ ਪਲੰਬਰ ਵਿਦ ਬਿਲਡਰ ਦੋਏ ਕੰਮ ਕਰਦੇ ਸਾ ਐਡਵੈਂਚਰ ਉਹ ਪੁੱਛਿਆ ਸਾ ਕਿ ਪਲੰਬਰ ਇੱਕ ਪਲੰਬਰ ਆਨੇ ਬਿਲਡਰ ਹੈ ਜੀ ਜੀ ਬਿਲਡਰ ਉਹ 3 ਇਨ 1 ਹੈ ਪਲੰਬਰ ਵੀ ਹੈ ਬਿਲਡਰ ਵੀ ਇਲੈਕਟ੍ਰੀਸ਼ੀਅਨ ਵੀ ਹੈ ਜੀ ਇਲੈਕਟ੍ਰੀਸ਼ੀਅਨ ਵੀ ਹੈ 3 ਇਨ 1 ਬਿਲਕੁਲ ਜੀ ਤੇ ਕੱਲ ਮੌਸਮ ਬੜਾ ਚੰਗਾ ਸਾ ਜੀ ਦੋ ਤਰੇ ਰੋਜ਼ ਅੱਛਾ ਮੌਸਮ ਰਿਹਾ ਤੇ ਅੱਜ ਥੋੜੀ ਜੀ ਜਿਹੀ ਠੰਡਕ ਹੋਈ ਗਈ ਤੇ ਇਹ ਐਸਾ ਆਖਣੇ ਜੀ ਜਿਹੜਾ ਬੰਦਾ ਘਰ ਨਾਲ ਕੰਮ ਕਰਾਉਣਾ ਚਾਹਣਾ ਇਹ ਦਿਸਣੇ ਵਿੱਚ ਈਜ਼ੀ ਰਹਿਣਾ ਲੇਕਿਨ ਹੁਣ ਉਹ ਆਇਆ ਉਹ ਕਿਆ ਆਖਣੇ ਹੁਣ ਜੇ ਕੁਸੇ ਨੇ ਘਰ ਢੋਲ ਵੱਜਣੇ ਸੋਹਣੇ ਲੱਗਣੇ ਜਿਸ ਟਾਈਮ ਆਪਣੇ ਘਰ ਢੋਲ ਵੱਜਣ ਨਾ ਫਿਰ ਪਤਾ ਲੱਗਣਾ ਯਕੀਨ ਕਰੋ ਇਤਨੀ ਧੂੜ ਇਸ ਕਿ ਜ਼ੁਕਾਮ ਲਗਾ ਵਾ ਗਲਾ ਬੈਠਾ ਵਾ ਮਾੜਾ ਵੀ ਗਲਾ ਬੈਠਾ ਵਾ ਯਕੀਨ ਕਰੋ ਮਾੜੀ ਛਾਤੀ ਨੀ ਬੰਦ ਹੋਈ ਵੀ ਇਸ ਤਰ੍ਹਾਂ ਟਾਈਟ ਹੋਈ ਵੀ ਉਹ ਜਿਹੜੀ ਸੁਸਰ ਧੂੜ ਅੰਦਰ ਜਾਣੀ ਔਰ ਯਕੀਨ ਕਰੋ ਇਹ ਸਿਮਟ ਨੀ ਔਰ ਚਿਮਣੀ ਨੀ ਇਤਨੀ ਕੋਈ ਬੇਸੁਰੀ ਧੂੜ ਹੋਣੀ ਇਤਨੀ ਜੇ ਮੈਨੂੰ ਇਤਨੀ ਸਾਂਸ ਨਹੀਂ ਪ੍ਰੋਬਲਮ ਹੋਈ ਸੀ ਦੋ ਤਰੇ ਰੋਜ਼ ਜੇ ਮੈਂ ਫਿਰ ਪੀਣ ਰਿਹਾ ਨਿੰਬੂਆਂ ਨਾਲ ਪਾਣੀ ਉਹ ਜ਼ਰਾ ਕਿ ਬਿਹਤਰ ਹੋਇਆ ਤਾਂ ਹੁਣ ਸਾ ਕਿ ਦੱਸਾਂ ਜੇ ਅੱਜ ਨਾਸ਼ਤਾ ਬਣਾਉਣੇ ਪਿਆ ਤਾਂ ਨਾਲ ਪਹਿਲਾਂ ਪਰਾਂ ਕਿ ਜੇ ਜੇ ਕੁਝ ਚੀਜ਼ਾਂ ਬਣਾਉਣੇ ਸ਼ਹਿਰ ਵੀ ਕਰਨੇ ਆ ਤਾਂ ਹੁਣ ਜਿਹਨੇ ਆ ਕਿਚਨ ਹੀ ਜਾ ਤੇ ਸਾਡੇ ਬੜੇ ਪਿਆਰੇ ਭਾਈਏ ਉਹਨਾਂ ਕੁਛ ਆਖਿਆ ਸੀ ਜੀ ਸਾਡੀ ਕੁਛ ਨਹੀਂ ਹੈਲਪ ਨਹੀਂ ਜ਼ਰੂਰਤ ਸੀ ਤੁਸੀਂ ਦੱਸੋ ਭਾਈ ਨਦੀਮ ਖਾਨ ਸ਼ਫੀਲ ਸੋ ਅੱਛਾ ਜੀ ਹਾਂ ਬਹੁਤ ਬਹੁਤ ਮਿਹਰਬਾਨੀ ਭਾਈ ਨਦੀਮ ਜੀ ਬਹੁਤ ਬਹੁਤ ਸ਼ੁਕਰੀਆ ਜਿਤਨੇ ਸ਼ਫੀਲ ਨੇ ਬੰਦੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਨਦੀਮ ਖਾਨ ਹੈ ਸਾ ਕਿ ਜੇ ਜ਼ਰੂਰਤ ਹੈ ਮੈਂ ਕਿ ਰਿਕਮੈਂਡ ਕਰੇ ਤਾਂ ਇਨਸ਼ਾਅੱਲਾ ਮੈਂ ਆਈ ਜਾਸਾ ਸ਼ੁਕਰੀਆ ਜਨਾਬ ਬਹੁਤ ਸ਼ੁਕਰੀਆ ਉਸ ਨੇ ਲਵਾ ਜੀ ਸਾਡੇ ਬੜੇ ਪਿਆਰੇ ਭਾਈਏ ਮਤਲੂਬ ਮਤਲੀਬ ਅਹਿਮਦ ਉਹ ਬਿਮਾਰ ਹੀ ਮਿਸ਼ਕਾ ਕੋ ਨਹੀਂ ਅਸਾਂ ਕੀ ਟੈਕਸ ਕੀਤਾ ਪਾਕਿਸਤਾਨ ਚਲੇ ਗਏ ਅੱਲਾ ਪਾਕ ਉਹਨਾਂ ਕੀ ਸੇਧ ਦਿਆ ਜੀ ਅੱਲਾ ਪਾਕ ਉਹਨਾਂ ਦੀ ਮੁਸੀਬਤਾਂ ਦੂਰ ਕਰਿਆ ਜੀ ਜਿਤਨੇ ਵੀ ਸਾਡੇ ਭੈਣਾਂ ਭਰਾ ਥੇ ਜੀ ਚੈਨਲ ਪਰ ਜਿਹੜੇ ਸਾਡੇ ਭੈਣਾਂ ਭਰਾ ਬਿਮਾਰ ਹੈ ਜਾਂ ਕਿਸੇ ਦੁਖੀ ਚ ਮੁਸੀਬਤ ਸਾਰਿਆਂ ਵਾਸਤੇ ਅਸਾਂ ਹਰ ਵੇਲੇ ਦੁਆ ਕਰਨੇ ਰਹਿਣੇ ਅੱਲਾ ਪਾਕ ਸੀ ਕਾਮਯਾਬੀਆਂ ਦੇ ਅੱਲਾ ਪਾਕ ਸੀ ਸਕੂਨ ਦੇ ਅੱਲਾ ਪਾਕ ਹਰ ਕਿਸਮ ਦੀ ਖੁਸ਼ੀ ਦੇ ਤੇ ਅੱਲਾ ਪਾਕ ਜਿਹਨਾਂ ਭੈਣਾਂ ਭਰਾਵਾਂ ਨੇ ਦਿਲ ਵਿੱਚ ਖਵਾਇਸ਼ ਜੇ ਉਹਨਾਂ ਨੇ ਆਪਣੇ ਮਕਾਨ ਹੋਣ ਇਸੇ ਤਰ੍ਹਾਂ ਮਕਾਨ ਬਣਾਉਣ
ਹਾਂ ਜੀ, ਲੇਕਿਨ ਮਜਬੂਰੀ ਹੈ ਹੀ ਅਜੇ, ਬੜੇ ਹਾਲਾਤ ਯੂਕੇ ਨੇ ਖਰਾਬ ਹੈ, ਮਹਿੰਗਾਈ ਬਹੁਤ ਜ਼ਿਆਦਾ ਹੀ ਹੈ, ਔਰ ਇਸ ਟਾਈਮ ਪਲੰਬਰ ਵੀ ਬੜੇ ਔਖੇ ਲੱਭਣੇ, ਬਿਲਡਰ ਜਿਹੜੇ ਹੋਣੇ, ਤਾਂ ਅੱਲਾ ਪਾਕ ਸਾਰਿਆਂ ਪਰ ਰਹਿਮ ਕਰੇ ਜੀ, ਆਮੀਨ ਜੋ ਆਮੀਨ। ਕੁਛ ਦਿਲ ਨਹੀਂ, ਜਿਸ ਬੰਦੇ ਦੀ ਦਿਲ ਵਿੱਚ ਕੋਈ ਖਵਾਇਸ਼ ਅੱਲਾ ਪਾਕ ਉਹ ਪੂਰੀ ਕਰੇ। ਔਰ ਸਾਰੇ ਪਿਆਰੇ ਬੇਟੇ ਸੁਭਾਨ ਹੁਡਸਫੀਲ ਔਰ ਪਾਈ ਪਾਈ ਬਿਲਕੁਲ ਅਰੰਗ ਜੀ ਬਿਲਕੁਲ, ਉਹਨੀ ਕੋਈ 10 ਮਿੰਟ ਪਹਿਲੇ ਸਾਡੇ ਬੜੇ ਪਿਆਰੇ ਭਾਈ ਰੰਗਜੀਬ ਹੋਰੇ ਔਰ ਪਿਆਰੇ ਬੇਟੇ ਸੁਭਾਨ ਜੀ ਹੱਡਰਸਫੀਲਡ ਸੋਨ ਦਾ ਫੋਨ ਅਸੀਂ ਕੀਤਾ ਸੀ ਜੀ, ਸ਼ਹਿਜ਼ਾਦ ਭਾਈ ਜਿਹੜਾ ਨਾ ਕੱਲ 14 ਅਗਸਤ ਦੀ ਨਹੀਂ ਕੱਲ ਤੇਰਾ ਹੀ ਹੈ ਪਰਸੋਂ ਆ ਪਰਸੋਂ, ਹਾਂ ਕਿ ਅੱਛਾ ਪਾਈ ਰਕਲ ਆ ਉਹਨਾਂ ਦਾ ਆਇਆ ਸੀ ਕੱਲ ਨਹੀਂ, ਤਾਂ ਮੈਨੂੰ ਵੀ ਕੋਈ ਨਹੀਂ ਯਾਦ, ਤੂੰ ਸਾਨੂੰ ਦੋਏ ਭਰਾ ਕਰ 14 ਅਗਸਤ ਮਨਾਈ ਚਾਹੀ ਤਾਂ ਭਾਈ ਰੰਗਜੀਬ ਜੀ ਕੱਲ 13 ਅਗਸਤ ਹੈ, ਪਰਸੋਂ ਹੀ 14 ਅਗਸਤ ਹੈ ਜੀ। ਇਹ ਦੋਏ ਇਹਨਾਂ ਚਲੇ ਜਾਓ ਟੋਲਾ ਨੂੰ ਬਾਣੇ ਨਾਲ ਤਾਂ ਜੋ ਹਾਂ ਹੈ ਹਾਲੀ ਤਾਂ ਸਭ ਭਾਈ ਕੁਝ ਰੰਗਜੇਬ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਪੂਰੀ ਫੈਮਿਲੀ ਨੂੰ, ਅਗਰ ਜਿਹੜਾ ਨਾ ਬਿਲਡਰ ਨਾ ਆਏ ਤਾਂ ਫਿਰ ਇਨਸ਼ਾਅੱਲਾ ਜ਼ਰੂਰ ਮਾਰਸਾ ਬਾਹਰ ਚੱਕਰ, ਇਨਸ਼ਾਅੱਲਾ ਜੇ ਆਏ ਤਾਂ ਫਿਰ ਮੁਸ਼ਕਿਲ ਹੈ ਕਿ ਮੈਂ ਉਹਨਾਂ ਨਾਲ ਕੰਮ ਕਿਉਂਕਿ ਕਰਨਾ ਹੈ। ਵੈਸੇ ਅਸਾਂ 14 ਅਗਸਤ ਨੂੰ ਜ਼ਰੂਰ ਜਾਣੇ ਹੋਣੇ ਆ ਬਿਲਕੁਲ ਬਿਲਕੁਲ, ਜੀ ਇਨਸ਼ਾਅੱਲਾ ਪੂਰੀ ਟਰਾਈ ਕਰਸਾਂ, ਫੋਨ ਕਰੀ ਤੇ ਔਰ ਭਾਈ ਜ਼ਰੂਰ ਇਰਫਾਨ ਪਤਾ ਦੀਨ ਕਰਨੀ ਕੀ ਹੈ। ਵੀ ਸਲਾਮ ਦੁਆ ਕਰੋ ਸਾਡੇ ਬੜੇ ਪਿਆਰੇ ਭਾਈ ਹੈ ਜੀ ਭਾਈ ਅਰਫਾਨ ਦੀਨ, ਤੁਸਾਂ ਦੀ ਬਹੁਤ ਮਿਹਰਬਾਨੀ ਜੀ, ਨਾਲ ਜੀ ਤੋਂ ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਜਿਤਨੇ ਵੀ ਚੈਨਲ ਸਾਡਾ ਤੱਕਣੇ ਜੀ, ਕੀ ਮਾੜੇ ਕੋਲ ਜ਼ਿਆਦਾ ਗੱਲ ਨਹੀਂ ਨਿਕ ਨਿਕ ਗਲਾ ਬੈਠਾ ਵਾ, ਅੱਜ ਅਸਲ ਕੰਮ ਲਗਾ ਵਾ ਜਿਤਨੇ ਵੀ ਭੈਣਾਂ ਭਰਾ ਜੀ, ਸਾਡੇ ਚੈਨਲ ਉੱਪਰ ਸਾਡੇ ਦਿਲਾਂ 'ਚ ਹੋ, ਯਕੀਨ ਹਮੇਸ਼ਾ ਕਰ ਸਾਡੇ ਦਿਲਾਂ ਉਸ ਬਾਰੇ ਦੁਆ 'ਚ ਰਹੇ ਸਾਰੇ ਬਿਲਕੁਲ, ਇਨਸ਼ਾਅੱਲਾ ਹਰ ਵੇਲਾ ਇਨਸ਼ਾਅੱਲਾ ਤੁਸਾਂ ਦੀ ਦੁਆਈ ਦੇਣੇ ਰਹਿਣੇ ਆ ਜੀ, ਤੇ ਦੁਆ ਹੀ ਹੈ ਸਾਡੇ ਤੇ ਜੀ, ਅੱਲਾ ਪਾਕ ਕਬੂਲ ਤੇ ਮਨਜ਼ੂਰ ਅਤਾ ਆਮੀਨ ਫਰਮਾਏ। ਆਮੀਨ। ਓਕੇ ਹੁਣੇ ਦੁਆ ਨਹੀਂ, ਕਈ ਵਾਰੀ ਉਹ ਆਉਣੇ ਹੋਣੇ ਜਿਹੜੇ ਜ਼ਲੀਲ ਇਨਸਾਨ ਹੋਣੇ ਨਾ, ਜਿਹੜੇ ਗੁਨਾਹਗਾਰ ਇਨਸਾਨ ਹੋਣੇ, ਉਹ ਵੀ ਅਗਰ ਦਿਲੋਂ ਕਿਸੇ ਕੀ ਦੁਆ ਦੇਣ ਤਾਂ ਦੁਆ ਕਬੂਲ ਅੱਲਾ ਪਾਕ ਕਰੀ ਨਾ, ਇਹ ਕੋਈ ਪਤਾ ਨਹੀਂ ਹੋਣਾ ਅੱਲਾ ਪਾਕ ਕਿਹੜੇ ਬੰਦੇ ਨਹੀਂ ਦੁਆ ਕਬੂਲ ਕਰਨੇ, ਜੀ ਕਈ ਵਾਰੀ ਤੱਕ ਉਹ ਬੰਦੇ ਨਮਾਜ਼ਾਂ ਪੜ੍ਹਨੇ, ਹਾਜ ਕਰਨੇ, ਕਹਿ ਨਾ ਕਹਿ ਕਰਨੇ, ਮਸਲ ਜਿਹੜਾ ਨਾ ਬਹੁਤ ਜ਼ਿਆਦਾ ਬਾਬਤ ਇਬਾਦਤ ਕਰਨੇ ਜੀ, ਲੇਕਿਨ ਦੁਆ ਕਬੂਲ ਕਰਨੇ ਅੱਲਾ ਪਾਕ ਹੋਏ, ਭਾਵੇਂ ਦੁਆ ਕਬੂਲ ਕਰਨ ਛੋਟੇ ਜਿਹੇ ਬੱਚੇ ਨਹੀਂ ਕਰੀ ਕਿਨਾਂ ਨਾ ਕਰਨ ਤਾਂ ਬੜੇ ਬੜੇ ਆਲਮਾਂ ਨਹੀਂ ਨਾ ਕਰਨ, ਇਹ ਅੱਲਾ ਪਾਕ ਕੋਲ ਸਭ ਕੁਝ ਹੈ। ਤੇ ਫਿਰ ਸ਼ੁਕਰੀਆ ਅਦਾ ਕਰਨੇ ਆ ਜੀ, ਤੇ ਹੁਣ ਦੱਸਣੇ ਆ ਨਾਲ ਖਾਣ ਪੀਣ ਸਾਂਗੇ ਜੀ। ਮਾਸ਼ਾਅੱਲਾ ਤੋ ਕੋ ਚਾਹ ਮਾੜੀ ਬੰਨੀ ਪੀ ਐ ਤੋ ਕੋ ਮਾਸ਼ਾਅੱਲਾ ਮਲਾਈ ਵੀ ਉੱਪਰ ਜਮੀ ਆਈ, ਤੇ ਹੁਣ ਚਾਹ ਜਰੀ ਐ ਨਾ ਇਕੜ ਸਾ ਪਵੇ ਨਾਲ, ਤੇ ਫਿਰ ਬਾਸਾ ਕੋ ਪਹੁੰਚ ਸਾਰਿਆਂ ਵਾਸਤੇ, ਤੇ ਨਾਲ ਬਣਾਸਾ ਬੱਚਿਆਂ ਵਾਸਤੇ ਜੋ ਕੁਝ ਖਾਣੇ ਨਾਸ਼ਤਾ ਬਣਾਸਾ ਨੇ, ਤੁਸੀਂ ਬ੍ਰੈਡ ਖਾਸੋ ਬ੍ਰੈਡ ਹੀ ਖਾਣੀ ਪੈਸੀ, ਚਲੋ ਪਰਾਠੇ ਬਣਾਏ ਤੇ ਦੇਸੀ ਮੀ ਕੀ ਪਰਾਠੇ ਸੁਬਹ ਸੁਬਹ ਨਹੀਂ ਖਾਣਾ ਪਤਾ ਬਿਮਾਰ ਆ ਨਾ, ਆਲਰੇਡੀ ਸੁਬਹ ਬਿਮਾਰ ਹੋ, ਤੇ ਇਹਨਾਂ ਵਾਸਤੇ ਬਣਾਸਾ ਬ੍ਰੈਡ, ਉਹ ਵੀ ਬਟਰ ਵਾਲੀ ਹੈ, ਆਟਮ ਬਟਰ ਹੈ, ਤੇ ਰਾਤੀ ਆਉਂਦੇ ਸੀ ਪੀਜ਼ੇ ਨਿੱਕੀਆਂ ਵਾਸਤੇ, ਜੇ ਤੁਸੀਂ ਪਤਾ ਕਰਨ ਕੰਮ ਸ਼ਮ ਕਰਨੇ ਰਹੇ, ਰਾਤੀ ਅਸਾਂ ਬਿਲਡਰ ਗਏ ਸੇ ਮਿਸ਼ਨ 10 10 ਵਜੇ ਵਜੇ ਨਾਲ 10 ਵਜੇ ਗਏ ਸੇ, ਤਾਂ ਫਿਰ ਗਏ ਮਾੜਾ ਬੜਾ ਪੁੱਤਰ ਜਿਹੜਾ ਉਹ ਗਿਆ ਸਾ ਪੀਜ਼ੇ ਕਿ ਨਹੀਂ ਆਇਆ ਸਾ ਆਪਣੇ ਵਾਸਤੇ ਤੇ ਭੈਣਾਂ ਭਰਾ ਵਾਸਤੇ ਆ, ਤਾਂ ਹੁਣ ਜਿਹੜੀ ਚਾਹੀਏ ਉਹ ਬਸ ਕੋ ਪੰਚ, ਤਾਂ ਫਿਰ ਨਾਲ ਜੋ ਕੁਝ ਬਣਾ ਸਾ ਉਹ ਭੈਣਾਂ ਭਰਾ ਕਿਵੇਂ ਦੱਸਾਂ ਜੀ। ਮਾਸ਼ਾਅੱਲਾ ਮੈਂ ਬਣਾਉਣੀ ਹੈ ਮੈਂ ਬ੍ਰੈਡ, ਔਰ ਇਹ ਹੈ ਮੀਡੀਅਮ ਬ੍ਰਾਊਨ ਬ੍ਰੈਡ ਹੈ ਤਕੋ ਮੀਡੀਅਮ, ਅੱਛਾ ਮੀਡੀਅਮ ਠੀਕ ਰਹੇ ਜੀ ਵਾਈਟ ਨਾਲ ਜੀ ਜੀ, ਤਾਂ ਪਹਿਲਾਂ ਪਰਸਾਂ ਪਰ ਪਾਨ ਕੀ ਬਟਰ ਲਾਇਆ, ਤਾਂ ਹੁਣ ਪਏਗੀ ਬ੍ਰੈਡ, ਹੁਣ ਬ੍ਰੈਡ ਹੈ ਕੀ ਪਰਸਾਂ, ਥੋੜ੍ਹਾ ਥੋੜ੍ਹਾ ਬਟਰ ਔਰ ਨਾਲ ਲਾਸਾਂ, ਜਿਹੜੇ ਜਿਹੜੇ ਡਰਾਈ ਨਹੀਂ ਜਗ੍ਹਾ ਉਹਨਾਂ ਦੀ ਥੋੜ੍ਹਾ ਥੋੜ੍ਹਾ ਬਟਰ ਲਾਸਾਂ ਔਰ ਮਾਸ਼ਾਅੱਲਾ ਤੋ ਕੋ ਬ੍ਰੈਡ ਤਿਆਰ ਹੋਣੀ ਪਈ, ਇਹ ਜੀ ਤਿਆਰ ਤਾਂ ਫਿਰ ਬਣਾ ਸਾ ਨੈਕਸਟ ਮਾਸ਼ਾਅੱਲਾ। ਚਲੋ ਜੀ ਨਾਸ਼ਤਾ ਸਾਡਾ ਆਈ ਗਿਆ ਬ੍ਰੈਡ, ਉਹ ਵੀ ਜਿਹੜੀ 50-50 ਬ੍ਰੈਡ ਹੋਣੀ, ਨਾ ਵਾਈਟ ਤੇ ਨਾ ਬਰਾਊਨ, ਇਹ ਸਭ ਤੋਂ ਬਿਹਤਰ ਹੋਣੀ ਬ੍ਰੈਡ।
बिस्मिल्लाह। माशाल्लाह बटर आह्ली ब्रेड होना बड़ा टेस्ट होना, लेकिन उ'ऐ साहब जो साढ़े बंदे जिस तरह 6 पराठे ना खाई रहन, 6 रोटियां ना खाई रहन, तरह रजने ही नहीं। लेकिन ये अजे रोटी विच ज्यादा ताकत होनी, ब्रेड विच इतनी ताकत नहीं होनी। रोटी खाने ना थोड़ी हड्डियां सुन, मैदा ये सही जन स्ट्रांग रहना, तो ब्रेड तुम्हें पता फिर ब्रेड ही है ना क्या ख्याल है। तो चलो वाइफ हूँ बनानी भी बच्चों वास्ते खाना नाश्ता किचन विच, तो मैं हूँ नाश्ता वगैरह करना, इसरा सकना प्लम्बर वगैरह भी आई जाना जी। बिस्मिल्लाह रहमान रहीम, भेनो तो भ्रो ए चीज जरूरी है मास्क लाना, अगर मास्क ना ला सुनो छाती नक तुसन बिल्कुल बंद। अच्छा जी तको अद्धी चिमनी सारी जरा ने निकली गई ये साइड पर, बिस्मिल्लाह ए अपनी रेणी आ लेता हूं जी कटने पे कि उन ऑर्डर किया था गार्डर स्पेशल जरा ने एक लोहे ना मेटल होना जेड़ा चीज या बाले होने पे जरा ना ओ पर बस अगर चिमनी भेणा भरा जिन्ना कढ़ानी ना ओ तुस मेक श्योर करे जे इथे पर सिंह पता ना ए पेणा गार्डर 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 बहुत जरूरी होना, बहुत जरूरी होना। अगर सर नीचे से चिमनी कढ़ी सट सो तो फिर सिंह भी दसना है जी ए चीज है ए बहुत ही डेंजरस है। हुन तक ए भन्नी भी असो ए प्लम्बर नहीं जा बिल्डर भन्नी इधर कैमरा में दियो एक मिनट ਮਾਰਾ ਗੱਲਾਂ ਪੈ ਗਿਆ ਇਹ ਤੁਸੀਂ ਦੱਸਣੇ ਆ ਜੀ ਇਹ ਤੱਕੋ ਇਹ ਭੱਜੀ ਵੀ ਇਹ ਉੱਪਰ ਸਾਰੀ ਬੈਡਰੂਮ ਹੀ ਦਿਸਣੀ ਅਸੀਂ ਬੈਡਰੂਮ ਸਾਡੀ ਪੇਪਰ ਵੀ ਦਿਸਣਾ ਅਸੀਂ ਨੇ ਵਾਲ ਪੇਪਰ ਇਹ ਉੱਪਰ ਸਾਡੀ ਬੈਡਰੂਮ ਹੈ ਔਰ ਇਹ ਜਿਹੜੀ ਚੀਜ਼ ਹੈ ਨਾ ਇਹ ਇਹ ਚਿਮਣੀ ਨਹੀਂ ਜਿਹੜਾ ਨਹੀਂ ਇੱਕ ਤੁੱਲ ਹੋਣਾ ਜਿਸ ਕੀ ਅਸਾਂ ਆਖਣੇ ਹਾਂ ਇਹ ਚਿਮਣੀ ਜਿਸ ਟਾਈਮ ਇਹ ਪੂਰੀ ਨਿਕਲ ਸੀ ਨਾ ਇਹ ਤੁਸਾਂ ਕੀ ਜ਼ਰੂਰੀ ਕਢਾਉਣਾ ਆ ਕਈ ਬੰਦੇ ਜਿਹੜਾ ਨੇ ਇਹ ਚਿਮਣੀ ਨਹੀਂ ਕੱਢਣੇ ਇਹ ਬੱਟਾ ਜ਼ਰੂਰੀ ਕਈ ਵਾਰੀ ਪੈਸੇ ਨਹੀਂ ਖਾਤਰ ਬੰਦੇ ਜਿਹੜਾ ਨਾ ਨਹੀਂ ਕਢਾਉਣੇ ਇਹ ਚੀਜ਼ ਇਹ ਚੀਜ਼ ਕਢਾਈ ਸਕਣੇ ਪੂਰੀ ਠੀਕ ਹੈ ਲੇਕਿਨ ਇਹ ਚੀਜ਼ ਨਹੀਂ ਕਢਾਣੇ ਲੇਕਿਨ ਇਹ ਚੀਜ਼ ਬਹੁਤ ਹੀ ਜ਼ਰੂਰੀ ਹੈ ਕਢਾਣੀ ਕਿ ਜਿਸ ਟਾਈਮ ਚਿਮਣੀ ਨਿਕਲੀ ਜਾਣੀ ਨਾ ਇਹ ਕੁਛ ਟਾਈਮ ਹੀ ਬੱਟਾ ਥੱਲੇ ਡੇਈ ਸਕਣਾ ਸਹੀ ਗੱਲ ਨਹੀਂ ਠੀਕ ਹੈ ਨਾ ਜੀ ਹਾਂ ਇਹ ਬਹੁਤ ਜ਼ਰੂਰੀ ਹੈ ਸਾਰਿਆਂ ਭੈਣਾਂ ਨੂੰ ਵੀ ਦੱਸਣੇ ਆ ਕਿ ਇਹ ਹਰ ਬੰਦੇ ਕੀ ਨਹੀਂ ਪਤਾ ਜੀ ਹਾਂ ਸਾਰੀ ਸਟ੍ਰੈਟੇਜਿਕ ਬੰਦੇ ਚਿਮਣੀ ਕਢਾਈ ਲੇਕਿਨ ਇਹ ਚੀਜ਼ ਉਸਕੋ ਨਹੀਂ ਕਢਾਈ ਠੀਕ ਹੈ ਨਾ ਲੇਕਿਨ ਇਹ ਬਹੁਤ ਹੀ ਡੇਂਜਰਸ ਹੈ। ਇੱਕ ਵਾਰ ਜੀ ਨੂੰ ਵਾਕਿਆ ਆ ਇਹ ਨਹੀਂ ਵੀ ਪਤਾ ਕੁਥੇ ਨੂੰ ਵਾਕਿਆ ਆ ਪਤਾ ਨਹੀਂ ਬਰਮਿੰਘਮ ਨਾ ਜਾਂ ਮਾਨਚੈਸਟਰ ਨਾ ਜਾਂ ਫਿਰ ਉਹਨਾਂ ਬੰਦਿਆਂ ਚਿਮਨੀ ਪੂਰੀ ਕਢਾਈ ਸੀ ਪੂਰਾ ਮਕਾਨ ਤਿਆਰ ਕਰਾਇਆ ਸੀ ਥੱਲੇ ਸੋਫੇ ਸੇ ਲਏ ਹੋਏ ਠੀਕ ਹੈ ਔਰ ਉਹ ਬੰਦੇ ਬੈਠੇ ਸੀ ਘਰ ਨੇ ਫੈਮਿਲੀ ਨੇ 4 ਬੰਦੇ ਮਰੀ ਗਏ ਸੀ ਉਹ ਕੀ ਆ ਉਹਨਾਂ ਇਹ ਚੀਜ਼ ਕਢਾਈ ਸੱਚੀ ਸੀ ਲੇਕਿਨ ਇਹ ਪੱਥਰ ਕੋ ਨਹੀਂ ਸੀ ਕਢਾਇਆ ਉਹ ਪੂਰਾ ਢੱਠਾ ਸਾ ਉਹਨਾਂ ਉੱਪਰ ਲੇਕਿਨ ਮੇਕ ਸ਼ੋਰ ਜਿਸ ਟਾਈਮ ਤੁਸੀਂ ਚਿਮਨੀ ਕਢਾਓ ਇਹ ਜ਼ਰੂਰ ਜਿਹੜਾ ਨਾ ਕਢਾਓ ਵਿੱਚੋਂ। ਅੱਛਾ ਜੀ ਹਮੇਸ਼ਾ ਜਿਸ ਟਾਈਮ ਤੁਸੀਂ ਨੀਚੇ ਵਾਲੀ ਚਿਮਣੀ ਕਢਾਓ ਨਾ ਤਾਂ ਜ਼ਰੂਰ ਬਿਲਡਰ ਕੀ ਆਖੋ ਜੇ ਇਹ ਜਿਹੜੀ ਚੀਜ਼ ਹੈ ਨਾ ਇਹ ਪੱਥਰ ਇੱਕ ਸੌ ਪੂਰਾ ਕੱਢਣਾ ਔਰ ਇੱਥੇ ਤੁਸੀਂ ਗਾਰਡਰ ਬਣਾ ਲੋਹੇ ਨਾ ਬਹੁ
ਜਾਂ ਲੱਕੜ ਨੇ ਫਿਰ ਬਾਲੇ ਜਾਣਾ ਨਭੋ ਜਿਹੜੀ ਅਪਰੀ ਚਿਮਣੀ ਹੈ ਉਸਕੀ ਜਾਣਾ ਫਿਰ ਉਹ ਸਪੋਰਟ ਰਹਿ ਠੀਕ ਹੈ ਨਾ। ਕਈ ਬੰਦਿਆਂ ਦੀ ਬਿਲਕੁਲ ਕੋਈ ਨਹੀਂ ਪਤਾ ਇਹ ਚੀਜ਼ ਕੁਝ ਕਢਾਉਣੇ ਅਤੇ ਇਹ ਪੂਰੀ ਕਢਾਈ ਸੱਟਣੇ, ਲੇਕਿਨ ਉਹ ਬਾਅਦ ਵਿੱਚ ਬੜਾ ਖਤਰੇ ਨਾ ਕੋਈ ਜਾਣਾ ਕੰਮ। ਤਾਂ ਹੁਣ ਭੈਣਾਂ ਤੋਂ ਪ੍ਰੋ ਹੈ ਜਿਹੜੇ ਪੱਥਰ ਤੱਕ ਪੋਏ ਇਹ ਚਿਮਣੀ ਨਾਲ ਸਾਰਾ ਮਸਲਾ ਪਿਆ ਵਾ, ਸਾਰਾ ਕਚਰਾ ਇਹ ਅੱਧਾ ਹੁਣ ਜਿਹੜਾ ਸਿਮਟ ਮੈਂ ਬਾਹਰ ਸੱਟਣਾ ਸੀ ਪੈ ਜਾ, ਲੇਕਿਨ ਇਹ ਜਿਹੜੀ ਚੀਜ਼ ਇਹ ਜਿਹੜੀਆਂ ਰੋੜੇ ਵਗੈਰਾ ਪਏ ਵੀਟਾਂ ਪਈਆਂ ਹੋਈਆਂ ਇਹ ਹੁਣ ਸਾਂ ਇੱਕ ਹੋਰ ਸਕਿਪ ਸਕਿਪ ਨਵਾਸਾਂ ਇੱਕ ਹੋਰ ਉਸਨੇ ਵੀ ਜਿਹੜਾ ਸਾਰਾ ਕਚਰਾ ਸਰਸਰ ਇਹ ਸਕਿਪ ਜਿਹੜਾ ਸਾਡਾ ਫੁੱਲ ਹੋ ਗਿਆ ਜੀ। ਬਿਸਮਿਲ੍ਲਾ ਰਹਿਮਾਨ ਰਹੀਮ ਮੋਹਨ ਜੀ ਅਸਾਂ ਆਈ ਗਈਆਂ ਆਲਾ ਲਾਲੀ 'ਚ ਕੋਈ ਸਮਾਨ ਵਗੈਰਾ ਖੜਨਾ ਸਾ ਮੈਂ ਕਿ ਨਹੀਂ ਚਲਾਉਂ ਕਿ ਅੱਜ ਪਲੰਬਰ ਕੋ ਨਹੀਂ ਆਏ ਨੈਕਸਟ ਡੋਰ ਸਾਡੇ ਲਏ ਵੇ ਹਾਲਾ ਜਮੀਲਾ ਰਾਣੇ ਘਰ ਤਾਂ ਆਣੇ ਸੇ ਕੁਝ ਮਾਲ ਜਿਹੜਾ ਨਵਾਉਣਾ ਫੱਟੇ ਛੱਟੇ ਨਹੀਂ ਹੋਣੇ ਜਿਹੜੇ ਉਹ ਨਵਾਉਣਾ ਸ਼ਾਵਰ ਵਾਸਤੇ ਤਾਂ ਕਾਫੀ ਚੀਜ਼ਾਂ ਆਰਡਰ ਉਹਨਾਂ ਕੀਤੀਆਂ ਹੋਈਆਂ ਉਹ ਅੱਜ ਵੀ ਕੋਈ ਨਹੀਂ ਆਈਆਂ ਉਹ ਸਕਣ ਜੀ ਆ ਉਹ ਹੁਣ ਕੱਲ੍ਹ ਅਸਾਂ ਤਾਂ ਫਿਰ ਸਾਡਾ ਕੰਮ ਜਿਹੜਾ ਨਾ ਸ਼ੁਰੂ ਹੋ ਸੀ ਜੀ ਆ ਤਾਂ ਜੁੱਲੀਆਂ 'ਚ ਨਾ ਕੋਈ ਅੱਲ ਲਾ ਲਈ ਜੂਗਾ ਸਮਾਨ ਵਗੈਰਾ ਚਾਹੀਦਾ ਜੀ ਜੀ ਜੇ ਆਂਡੀ ਰੋਟੀ 'ਚ ਪਤਾ ਫਿਰ ਕਾਰ ਕਰਨੀ ਪੈਣੀ ਇਹ ਸ਼ੁਕਰਵਾਰ ਜੀ ਅਸਾਂ ਕਿਚਨ ਹਾਲੇ ਪਟਾਈ ਨਹੀਂ ਸੱਟੀ ਜੇ ਅਸਾਂ ਕਿਚਨ ਪਟਾਈ ਸੱਟੀ ਤਾਂ ਫਿਰ ਬੜਾ ਰੌਲਾ ਪੀ ਜੇ ਯਾਰ ਜੀ ਆ ਜੀ ਆ ਤਾਂ ਮੌਸਮ ਆ ਚੰਗਾ ਆ ਜੀ ਤੱਕੋ ਜਿਹੜਾ ਹੈ ਨਾ ਸੋਹਣਾ ਮੌਸਮ ਆ ਜ਼ਬਰਦਸਤ ਕਿਸਮ ਨਾ ਤਾਂ ਜੁੱਲੇ ਆ ਲਲਾ ਲਈ ਤੱਕ ਨਹੀਂ ਆਉਂਦੇ ਨਾ ਅਸਾਂ ਕਿਆ ਕਿਆ ਜਿਹੜੀ ਨਾ ਚੀਜ਼ ਬਣਾਉਣੀ ਆ ਅਸੀਂ ਕਿਆ ਕਿੰਨੀ ਆ ਪਿਆਉਣ ਅੱਛਾ ਅਸਲੀ ਨਹੀਂ ਨਾ ਨਕਲੀ ਆ ਨਾ ਕਿਤਨੇ ਲੱਗਾ 99 ਪੀਨਾ ਕੋਲਾ ਜੀ ਹੈ ਜੀ ਔਰ ਇੱਧਰ ਲਈਏ ਵੀ ਨੇ ਜਨਾਬ ਬਲੀ ਇਹ ਮੈਂਗੋ ਜੂਸ ਨੇ ਡੱਬੇ ਦੋ ਬਕਸ ਜੀ 5 ਪਾਉਂਡ ਆਉਣੇ ਜੀ ਮੈਂਗੋ ਠੀਕ ਹੈ ਫਸਟ ਕਲਾਸ ਅੱਛਾ ਰੂਹੇ ਫਜ਼ਾ ਕੇ ਆਈ ਗਿਆ ਕੋਈ ਰਮਜ਼ਾਨ ਦਾ ਮਹੀਨਾ ਫਿਰ ਆਈ ਗਿਆ ਗਰਮੀ ਹੈ ਨਾ ਤਾਂ ਸੁਣ ਹਲਾ ਹਾਂ ਗਰਮੀ ਨੂੰ ਅੱਛਾ ਇਹ 5 ਪਾਉਂਡ ਨੇ ਰੂਹੇ ਫਜ਼ਾ ਲਗਾ ਜੀ ਦੋ ਇੱਧਰ ਲੈਮਨ ਜੂਸ ਲਏ ਵੇ ਜੀ ਪਾਉਂਡ ਨੇ ਦੋ ਲੈਮਨ ਜੂਸ ਵਾਟਰ ਬੋਤਲ ਲਏ ਵੀ ਜੀ 149 5 ਕੇਜੀ ਹੈ ਜੀ ਜੀ ਇਹ ਜੂਸ ਲਗਾਓ ਜੀ 895 ਨੂੰ ਮੈਂਗੋ ਲੱਸੀ ਉਹਨਾਂ ਪੀ ਅੱਗੇ ਗੱਲਾਂ ਬੈਠਾ ਆਈਏ 199 ਪੁਦਨਾ ਤਾਂ ਸਾਗ ਸ਼ਾਗ ਮੇਥੀ ਤਾਂ ਕੋਈ ਸੋਏ ਵਗੈਰਾ ਵੀ ਇਹ ਵੀ ਥੋੜੀ ਬਾਈ ਕਿੰਨੀ ਨਾਲ ਮਾਈਂਡ ਚੇਂਜ ਹੋ ਗਿਆ ਮੈਂ ਤਾਂ ਆਉਣਾ ਪਾਲਕ ਤਾਂ ਆਲੂ ਬਣਾ ਰਹਾਂ ਚੱਲ ਫਿਰ ਜਿਹੜੀ ਕਿਆ ਚੀਜ਼ ਲਾ ਭਿੰਡੀਆਂ ਵੀ ਫਰੈਸ਼ ਹੀਆਂ ਬਿਲਕੁਲ ਕਰੇਲੇ ਠੀਕ ਹੀ ਹੈ ਇਤਨੇ ਫਰੈਸ਼ ਨਹੀਂ ਹਾਂ ਤਾਂ ਭਿੰਡੀਆਂ ਚੋਲ ਲਓ ਫਿਰ ਚਲੋ ਭਿੰਡੀਆਂ ਵੀ ਕਿੰਨੀ ਲੈ ਆ ਚਲੋ ਭਿੰਡੀਆਂ ਠੀਕ ਆ ਠੀਕ ਹੈ ਭਿੰਡੀਆਂ ਹੀ ਚੋਲ ਲਓ ਨਾਲ ਬੜੀ ਧੀ ਆਈ ਉਸ ਨੇ ਸਤੇ ਭਿੰਡੀਆਂ ਸਬਜ਼ੀ ਚੱਕੀ ਹੈ ਅੱਛਾ ਪਿਆਜ਼ 215 ਲਗਾਵਾ 215 ਚੈੱਕ ਕਰੀ ਬਣਾ ਚੈੱਕ ਕਰਿਆ ਸੀ ਇੱਕ ਬੂਟਾ ਹਰਾ ਹੈ ਸਾਰੇ ਖਰਾਬ ਹੋ ਜਾਣੇ ਕੀ ਵਜ੍ਹਾ ਅੱਜ ਆਲ ਲਾਲ ਕੁਆਇਟ ਹੈ ਬਿਲਕੁਲ ਕੁਆਇਟ ਹੈਗੀ ਹੈ ਆਹ ਹੀ ਨਾ ਉਹ ਹਲਾਲ ਰਹੀ ਪਤਾ ਹੀ ਜਦੋਂ ਨੇ ਲੀਡ ਨਹੀਂ ਓਪਨ ਹੋਈ ਹੈ ਨਾ ਜ਼ਿਆਦਾ ਲੀਡ ਸੋ ਬੰਦੇ ਸੁਣੇ ਹੋਣੇ ਸੀ ਅੱਛਾ ਇਹ ਚਿੱਟੇ ਅੰਡੇ ਕਿਉਂ ਵੇ ਹੋਰ ਕੋਈ ਚੀਜ਼ ਲੈਣੀ
ਚੀਨੀ ਵਗੈਰਾ ਬਰਗਰਾਂ ਦੀ ਕੋਈ ਬੰਦਿਸ਼ ਚਾਹੀਦੀ? ਅੱਛਾ ਜੀ, ਇਹ ਜੀ ਪਰਾਠੇ ਕਿਤਨੇ ਨੇ? 399 ਨੇ। ਕਿਤਨੇ ਇਸ ਨੇ ਅੰਦਰ? 20 ਕਿਤਨੇ ਨੇ? 399 ਹਨਾ, ਚੈੱਕ ਕਰੀਏ ਇਹ ਨਹੀਂ ਮੈਂ ਹੁਣ ਠੀਕ ਹੈ, ਇਹ ਠੀਕ ਹੈ ਨਾ? ਬਹੁਵੇਂ ਇਸ ਨੇ ਅੰਦਰ ਤਾਂ ਇਹ ਕੀ ਖਾਇਆ ਇਹਨਾਂ ਦੋ ਦੋ ਉਹਨਾਂ ਨੂੰ ਖਾਓ ਜੀ। ਪੈਟਰੋਲ ਵੀ ਸੜੀ ਜਾਣਾ। ਨਮਸਤੇ, ਸਤਿ ਸ੍ਰੀ ਅਕਾਲ, ਬਹੁਤ ਅੱਛੀ ਹਕੀਕਤ। ਹੋਰ ਕੈਸੇ ਹੋ, ਠੀਕ ਠਾਕ ਹੋ? ਦੇਖਾ ਵੀਡੀਓ ਦੇਖੀ ਆਪਨੇ? ਹਾਂ ਦੇਖੋ ਨਾ ਫਿਰ, ਮੈਂ ਕਿਆ ਕਰ ਰਹੀ ਹੂੰ ਉਧਰ? ਦੋ ਵੀ ਕੇ ਬਾਅਦ ਚਲੋ ਠੀਕ ਹੈ ਸਿਸਟਰ, ਥੈਂਕ ਯੂ ਹੈ, ਥੈਂਕ ਯੂ ਮਚ, ਥੈਂਕ ਯੂ। ਸਮਾਨ ਕਿੰਨੀ ਹੋਇਆ ਜੀ? ਲੇਕਿਨ ਤੱਕੋ ਛੋਟੀ ਗੱਡੀ ਨਾ ਕਿਤਨਾ ਰੌਲਾ ਹੋਣਾ, ਬੜੀ ਗੱਡੀ ਹੋਣੀ ਸੀ 30 ਸੀ ਨਾ, ਬੜੀ ਗੱਡੀ ਸੀ ਫਿਰ ਵਾਪਸ ਕਿੰਨੀ ਪੈਸੀ? ਕਿੰਨੀ ਪੈਸੀ ਨਾ, ਕਿੰਨੀ ਪੈਸੀ ਨਿੱਕੀ ਨਾ ਨਹੀਂ ਗੁਜ਼ਾਰਾ, ਮਾ ਸੰਗਾ ਚਲਾ ਗਿਆ ਨੇ, ਕਸਮ ਹੈ ਤੱਕੋ ਨਾ ਨਿੱਕੀ ਗੱਡੀ ਸਮਾਨ ਹੀ ਨਹੀਂ ਟੀਗਣਾ, ਮੁਸ਼ਕਿਲ ਹੈ। ਅੱਛਾ, ਆਈਸਕ੍ਰੀਮਾਂ ਤੋਂ ਪਲੰਬਰਾਂ ਕੀ ਖਵਾਲ ਸੇ? ਬੱਚੇ ਮੰਗਣੇ ਸੇ। ਬੱਚੇ ਹੀ ਪਲੰਬਰ? ਬੱਚੇ ਹੈ, ਪਲੰਬਰ ਕਰ ਮੰਗਣੇ ਸੇ। ਚਲ ਥੋੜੀ ਦੋ ਬੋਵੇ ਨਾ, ਇਹ ਡੱਬਿਆਂ ਦੀ ਠੀਕ ਨਹੀਂ ਹੈ, ਡੱਬਿਆਂ ਵਾਲੀ, ਡੱਬਿਆਂ ਨਹੀਂ ਨਾ ਖਾਣੇ, ਕੌਣ ਖਾਣੇ ਹਨਾ, ਉਹ ਮਿਕ ਜਾਣੀ ਪੈਸੀ ਹੈ। ਐਪਰ ਵੀ ਲਈਆਂ ਇੱਧਰ ਵੀ, ਬਿਲਕੁਲ ਜੀ। ਅਸਾਂ ਹੁਣ ਵਾਸ਼ ਕਰਨੀ ਹੈ ਫੇ ਭਿੰਡੀਆਂ, ਪਹਿਲੇ ਇਹਨਾਂ ਦੀ ਚੰਗਾ ਵਾਸ਼ ਕਰੀ ਤੇ ਫਿਰ ਇਹਨਾਂ ਦੀ ਪਕਾਸਾਂ ਇਨਸ਼ਾਅੱਲਾ। ਬਿਲਕੁਲ ਜੀ, ਹੁਣ ਅਸਾਂ ਬਣਾਸਾਂ ਫਰੈਸ਼ ਭਿੰਡੀਆਂ, ਮਾਸ਼ਾਅੱਲਾ। ਸਬਜ਼ੀ ਗੋਸ਼ਤ ਸੋ ਔਰ ਚਿਕਨ ਸੋ ਬੜੀ ਬਿਹਤਰੀਨ ਹੋਣੀ। ਸਭ ਤੋਂ ਪਹਿਲੇ ਬਸ ਆਂਟੀ ਜੀ, ਅਸਾਂ ਕੁਕਿੰਗ ਆਇਲ ਚੰਗਾ ਗਰਮ ਹੋਈ ਰਹੀ ਸੀ, ਫਿਰ ਅਸਾਂ ਸ਼ਾਮਿਲ ਕਰਸਾਂ ਨਾਲ ਪਿਆਜ਼ ਜੀ। ਸਭ ਤੋਂ ਪਹਿਲੇ ਬਸ ਜੀ, ਅਸਾਂ ਕੁਕਿੰਗ ਆਇਲ ਵਿੱਚ ਅਦਰਕ ਤੇ ਲਸਣ, ਬਿਲਕੁਲ ਜੀ ਤੇਲ ਗਰਮ ਹੋਈ ਗਿਆ ਤੇ ਨਾਲ ਅਸਾਂ ਸ਼ਾਮਿਲ ਕਰਸਾਂ ਪਿਆਜ਼ ਜੀ। ਨਿਮਕ ਬਸ ਹੋਣਾ, ਹੁਣ ਬਸ ਜੀ ਅਸਾਂ ਨਾਲ ਨਿਮਕ, ਜਿਹੜੀ ਚੀਜ਼ ਜਿਹੜਾ ਨਾ ਮਰਜ਼ੀ ਹੈ, ਜਿਹੜੀ ਚੀਜ਼ ਤੋਂ ਬਾਣੇ ਚਾਹੁੰਦੇ ਬਾਈ ਸਕਦੇ ਹੋ, ਨਿਮਕ ਬਾਣੇ ਬਾਈ ਸਕਦੇ ਹੋ, ਸਾਲਟ ਬਾਣੇ ਤੋਂ ਬਾਈ ਸਕਦੇ ਹੋ, ਤੇ ਜੇ ਲੂਣ ਤੁਸੀਂ ਬਾਣੇ ਤੋਂ ਤਰੇ ਚੀਜ਼ਾਂ ਜੀ ਕੇ ਬਾਈ ਸਕਦੇ ਹੋ, ਮਰਜ਼ੀ ਇੱਕ ਚੀਜ਼ ਬਾਈ ਸਕਦੇ ਹੋ। ਇੱਕ ਟੇਬਲ ਸਪੂਨ ਅਸਾਂ ਬਸ ਜੀ ਸਾਲਟ ਨਹੀਂ, ਇਹ ਲੂਣੇ ਨਹੀਂ, ਬਿਲਕੁਲ ਜੀ ਇਹ ਜਿਹੜੇ ਅਸਾਂ ਘਰ ਹੀ ਜਿਹੜਾ ਸਾਰੀਆਂ ਚੀਜ਼ਾਂ ਬਣਾਉਣੀਆਂ ਹੈਗੀਆਂ। ਜ਼ਾਹਿਰ ਗੱਲ ਹੀ ਬਿਲਡਰ ਜਾਂ ਪਲੰਬਰ ਯੁੱਗ ਜਾਣੇ ਉੱਥੋਂ ਲੱਗੇ ਹੋਏ, ਤੇ ਜ਼ਿਆਦਾ ਟਾਈਮ ਘਰ ਸਾਡਾ ਗੁਜ਼ਰਨਾ ਪਈਆਂ, ਸਫਾਈ ਸਫੂਈ ਨਾਲ, ਉਹ ਜਿਹੜਾ ਕਚਰਾ ਆਉਣਾ ਉਸ ਵੀ ਬਾਹਰ ਸੱਟਣਾ ਪੈਣਾ। ਅੱਜ ਇੱਕ ਸਕਿੱਪ ਸਾਡਾ ਬਿਲਕੁਲ ਫੁੱਲ ਹੋਈ ਗਿਆ,
ਹੁਣ ਆਰਡਰ ਅਸਾਂ ਜ਼ੋਰ ਕੀਤਾ ਜੀ, ਕੱਲ ਨਵਾਂ ਸੀ ਤੇ ਇਹ ਮੁੜੀ ਤੇ ਚਾਈ ਖੜਤਾ ਵਾ ਤੇ ਸੁਬਾ ਬੁੱਢੀ ਨਾਸ਼ਤਾ ਬਣਾਉਣੀ ਤੇ ਮੈਂ ਇਸ ਵੇਲੇ ਫਿਰ ਜਣਾ ਕੁਕਿੰਗ ਕਰਨੀ ਪਈ ਬਈ ਮੀਆਂ ਬੀਵੀ ਹੱਥ ਬਟਾਣੇ ਆ ਬਿਲਕੁਲ ਅੱਜ ਬੁੱਢੀ ਜਣਾ ਮਾੜੀ ਬਿਮਾਰ ਆ ਜੀ ਜਣਾ ਮੰਦੀਆਂ ਦਾਦੀ ਬੜਾ ਬੁਖਾਰ ਵਗੈਰਾ ਚੜਿਆ ਵਾ ਸੋ ਕੰਮ ਮੈਂ ਕਰਨ ਰਿਆਂ ਤੇ ਬੁਖਾਰ ਹੀ ਸੀ ਹੈ ਤੇ ਮੈਂ ਵੀ ਕੋਲ ਸਫਾਈ ਕਰਨੀ ਦੀ ਬਿਲਕੁਲ ਜੀ ਪਿਆਜ਼ ਜਿਹੜਾ ਅਸਾਂ ਬਾਹਰ ਨਿਕਾਲੀ ਕਿੰਨੇ ਆ ਬਿਲਕੁਲ ਪਿਆਜ਼ ਥੋੜ੍ਹਾ ਥੋੜ੍ਹਾ ਬਰਾਊਨ ਹੋਣਾ ਚਾਹੀਦਾ ਭਿੰਡੀਆਂ ਲਾ ਬਹੁਤ ਜ਼ਿਆਦਾ ਨਹੀਂ ਬਰਾਊਨ ਹੋਣਾ ਚਾਹੀਦਾ ਤਾਂ ਅਸਾਂ ਇਸ ਤਰ੍ਹਾਂ ਭਿੰਡੀਆਂ ਵੀ ਫਿਰ ਨਾਲ ਫਰਾਈ ਕਰ ਦਿੰਦੇ ਸਾਂ ਬਿਲਕੁਲ ਜੀ ਮਾਸ਼ਾਅੱਲਾ ਤੇਲ ਤੱਕੋ ਪਿਆਜ਼ ਵਾਲਾ ਗਰਮ ਹੋਈ ਗਿਆ ਸਹੀ ਜਿਹੜਿਆਂ ਨੂੰ ਤਾਂ ਸਭ ਤੋਂ ਪਹਿਲਾਂ ਅਸਾਂ ਭਿੰਡੀਆਂ ਹੀ ਕਰਦਾਂ ਜੀ ਫਰਾਈ ਬਿਲਕੁਲ ਜੀ ਭਿੰਡੀਆਂ ਫਰਾਈ ਹੋਈ ਗਈਆਂ ਅਤੇ ਨਾਲ ਅਸਾਂ ਸ਼ਾਮਿਲ ਕਰਦਾ ਬਸਾਰ ਦੋ ਟੇਬਲ ਸਪੂਨ ਅਸਾਂ ਬਸਾਰ ਨੇ ਬਸ ਜੀ ਦੋ ਟੇਬਲ ਸਪੂਨ ਇਹ ਜਿਹੜਾ ਅਸਾਂ ਪਿਆਜ਼ ਕੱਢਿਆ ਸੀ ਜੀ ਤਾਂ ਉਹ ਵਾਪਸ ਅਸਾਂ ਨਾਲ ਜਾਂ ਸ਼ਾਮਿਲ ਕਰਦੇ ਜੀ ਮਾਸ਼ਾਅੱਲਾ ਜੀ ਭਿੰਡੀਆਂ ਸਾਡੀਆਂ ਪੱਕੀ ਗਈਆਂ ਤੇ ਨਾਲ ਅਸਾਂ ਸ਼ਾਮਿਲ ਕਰਸਾਂ ਦੋ ਟਮਾਟਰ ਤਰੇ ਗ੍ਰੀਨ ਚਿੱਲੀ ਇਹਨਾਂ ਕੀ ਅਸਾਂ ਹੁਣ ਇੱਕ ਜਾਂ ਦੋ ਮਿੰਟ ਕੁੱਕ ਕਰਸਾਂ ਤੇ ਮੁੜੀ ਫਿਰ ਅਸਾਂ ਇਹਨਾਂ ਦੀ ਲਾਈ ਜਾਂਦੇ ਸਾਂ ਬਿਲਕੁਲ ਜੀ ਮਾਸ਼ਾਅੱਲਾ ਭਿੰਡੀਆਂ ਸਾਡੀਆਂ ਰੈਡੀ ਹੋ ਗਈਆਂ ਅਲਹਮਦੁਲਿਲਾ ਬਿਲਕੁਲ ਜੀ ਅਸਾਂ ਹੁਣ ਡਿਸ਼ ਆਊਟ ਕਰਨੇ ਆ ਭਿੰਡੀਆਂ ਮਾਸ਼ਾਅੱਲਾ ਜ਼ਬਰਦਸਤ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਮਾਸ਼ਾਅੱਲਾ ਜੀ ਭਿੰਡੀਆਂ ਪੱਕੀ ਗਈਆਂ ਤਾਂ ਪਰਲੀ ਰੂਮਾਂ 'ਚ ਕੋਈ ਮਹਿਮਾਨ ਆਈ ਗਏ ਸਾਰੇ ਬੱਚੇ ਸਾਰੇ ਤਾਂ ਉਹ ਵੀ ਬੈਠੇ ਵੀ ਤਾਂ ਉਹਨਾਂ ਨੇ ਵੀ ਬੱਚੇ ਨਾਲ ਤਾਂ ਉਹ ਤੱਕਣੇ ਤਾਂ ਐਸੇ ਕਿਹਾ ਹੀ ਰਿਹਾ ਮਕਾਣੇ ਗਏ ਤਾਂ ਅਲਹਮਦੁਲਿਲਾ ਇੱਥੇ ਟੇਸਟ ਕਰਨੇ ਅਸੀਂ ਦੱਸਣੇ ਹਾਂ ਇਹ ਕੱਪ ਆਇਆ ਜੀ ਜਿਹੜਾ ਨਾ ਅਸਾਂ ਤੱਕੋ ਬੱਚਿਆਂ ਦੀ ਤਰਫੋਂ ਤੇ ਦੋ ਤਰੀਆਂ ਤਰਫੋਂ ਬੈਸਟ ਸਟਾਰਟ ਐਵਰ ਬੈਸਟ ਸਟਾਰਟ ਐਵਰ ਦੋ ਪਤਾ ਸੇਮ ਲਿਖਿਆ ਵਾ ਹਾਂ ਬਿਸਮਿਲਲਾ ਇਹ ਮਾੜੀ ਨਿੱਕੀ ਜਿਹੜੀ ਬਿਮਾਰ ਹੈ ਜਿਸਕੀ ਕੈਂਸਰ ਆ ਉਸ ਮਾੜੇ ਵਾਸਤੇ ਕੱਪ ਆਉਂਦਾ ਜੀ ਅੱਲਾ ਪਾਕ ਇਸਕੀ ਸਿਹਤ ਹੈ ਅੱਲਾ ਪਾਕ ਇਸਕੀ ਲੰਮੀ ਜ਼ਿੰਦਗੀ ਅੱਲਾ ਪਾਕ ਇਸਕੀ ਬਿਮਾਰੀ ਦੂਰ ਕਰੇ ਕੁਝ ਜਾਨ ਸਮੇਤ ਆਮੀਨ ਚਲੋ ਜੀ ਭੈਣੋ ਤੇ ਭਰਾਓ ਥੋੜੇ ਦਿਹਾੜੇ ਫਿਰ ਸਾਰਾ ਸਮਾਨ ਖਤਮ ਹੋ ਗਿਆ ਸੀ ਤੰਦੂਰਾਂ ਦੀਆਂ ਰੋਟੀਆਂ ਆਉਂਦੀਆਂ ਸੀਗੀਆਂ ਜੀ ਤੇ ਮਾਂ ਕੋ ਖਾਣ ਤੇ ਨਹੀਂ ਆਉਣਾ ਲੈ ਕੇ ਪੈਣਾ ਪਰ ਅਸਤੇ ਟੇਸਟ ਕਰ ਸਸਾ ਗਲਾ ਤੇ ਨਹੀਂ ਆਉਣਾ ਜਿੰਨਾ ਖਾਂ ਨਹੀਂ ਮੂੰਹ ਸਵਾਦ ਕੋ ਨਹੀਂ ਨਾ ਹਲੋ ਬਿਸਮਿਲਲਾ ਮਾਸ਼ਾਅੱਲਾ ਜੀ ਅੱਛਾ ਮੂੰਹ ਟੇਸਟ ਕਰਨ ਲੈ ਕੇ ਫਿਰ ਵੀ ਪਿੰਡੀਆਂ ਟੇਸਟ ਆਈ ਗਿਆ ਮਾਸ਼ਾਅੱਲਾ ਬੜਾ ਨਾਈਸ ਬਣਿਆ ਮਾਸ਼ਾਅੱਲਾ ਮਾਸ਼ਾਅੱਲਾ ਜੀ ਬੜੀਆਂ ਜ਼ਬਰਦਸਤ ਭਿੰਡੀਆਂ ਪੱਕੀਆਂ ਔਰ ਯਕੀਨ ਕਰੋ ਮੈਂ ਤਾਂ ਗੋਸ਼ਤਾਂ ਇਹਨਾਂ ਨੂੰ ਚਿਕਨ ਇਹਨਾਂ ਨੂੰ ਮੈਂ ਜ਼ਿਆਦਾ ਸਬਜ਼ੀ ਪਸੰਦ ਕਰਦਾ ਸਬਜ਼ੀ ਜ਼ਿਆਦਾ ਚੰਗੀ ਆਲੂ ਮਟਰ ਹੋਈ ਗਏ ਆਲੂ ਗੋਭੀ ਹੋਈ ਗਈ ਭਿੰਡੀਆਂ ਇਹਨਾਂ 'ਚ ਆਲੂ ਵੀ ਪਾ ਸਕਦੇ ਹੋ ਟਿੰਡੇ ਹੋਈ ਗਏ ਬੈਂਗਣ ਸਬਜ਼ੀਆਂ ਬੜੀਆਂ ਨਾਈਸ ਸੀ ਮਾਸ਼ਾਅੱਲਾ ਤੇ ਮਾਸ਼ਾਅੱਲਾ ਜੀ
ਚੀਜ਼ ਬੜੀ ਨਾਈਸ ਬਣਤੀ ਤੇ ਅੱਜ ਨੀ ਵੀਡੀਓ ਅਸੀਂ ਇੱਥੇ ਖਤਮ ਕਰਨੇ ਆ ਜਿਹੜੇ ਸਾਰੇ ਪੇਨ ਕੇ ਪ੍ਰੋਸੈਸ ਸਮ ਦੂਆ ਕੰਮ ਸਾਰਾ ਮੁੱਕੀ ਰਹੇ ਕਿਚਨ ਪੱਟਣ ਗਈ ਫਿਰ ਸਾਡੇ ਬੜੀ ਪ੍ਰੋਬਲਮ ਆਈ ਸੀ ਫਿਰ ਬੱਚਿਆਂ ਦੇ ਖਾਣਾ ਵੀ ਬਣਾਉਣਾ ਆਪਾਂ ਤੇ ਖਾਣਾ ਬਣਾਉਣਾ ਔਰ ਬਿਲਡਰਾਂ ਵਾਸਤੇ ਵੀ ਖਾਣਾ ਬਣਾਉਣਾ ਫਿਰ ਬੜਾ ਰੌਲਾ ਬਣੀ ਜਾਂਦਾ ਤੇ ਇਸ ਨੀ ਵਜ੍ਹਾ ਉਹਨਾਂ ਸੀ ਬਿਹਤਰ ਸਲਾਹ ਦੱਸੀ ਉਹਨਾਂ ਕਿ ਸਾਰਾ ਪਹਿਲੇ ਕੰਮ ਕਾਈ ਤੇ ਫਿਰ ਸਾਨੂੰ ਕਿਚਨ ਇਨਸ਼ਾਅੱਲਾ ਐਂਡ ਪਰ ਪਟ ਸੋ ਜੀ ਤਾਂ ਜਿਤਨੇ ਸਾਰੇ ਪਿਆਰੇ ਪੈਣਾ ਪ੍ਰਭ ਬਜ਼ੁਰਗ ਬੱਚੇ ਸਾਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇਤਨਾ ਪਿਆਰ ਨਾ ਇਤਨਾ ਸਪੋਰਟ ਨਾ ਅੱਲਾ ਸਾਨੂੰ ਭਲਾ ਕਰੇ ਅੱਲਾ ਸਾਨੂੰ ਖੁਸ਼ ਰੱਖੇ ਅੱਲਾ ਪਾਕ ਸਾਨੂੰ ਆਬਾਦ ਰੱਖੇ ਬਿਲਕੁਲ ਜੀ ਬਿਲਕੁਲ ਅੱਲਾ ਪਾਕ ਸਾਨੂੰ ਸਿਹਤ ਦੇ ਅੱਲਾ ਪਾਕ ਸਾਨੂੰ ਖੁਸ਼ ਦੇ ਆਮੀਨ ਅੱਲਾ ਪਾਕ ਸਾਨੂੰ ਖੁਸ਼ ਰੱਖਿਆ ਤੇ ਅੱਲਾ ਪਾਕ ਸਾਨੂੰ ਹਰ ਕਿਸਮ ਦੀ ਖੁਸ਼ੀ ਦੇ ਆਮੀਨ ਆਮੀਨ ਹਾਂਜੀ ਜਿਹੜੀ ਤੁਸੀਂ ਸਪੋਰਟ ਕਰਨੇ ਹੋ ਪਿਆਰ ਕਰਨੇ ਹੋ ਮੁਹੱਬਤ ਕਰਨੇ ਹੋ ਸਾਰੀ ਫੈਮਿਲੀ ਅੱਜ ਤੁਸੀਂ ਨਹੀਂ ਮਜਸ ਵਸਾਂ ਇਸ ਤਹਿ ਪੋਤੇ ਹੋ ਠੀਕ ਹੈ ਇਹ ਨਾ ਆਖਾਂ ਜੇ ਸਾਸਾਂ ਆਸਾਂ ਕੋਈ ਬਹੁਤ ਬੜੇ ਯੂਟਿਊਬਰ ਜਾਂ ਕੁਝ ਨਾ ਨਾ ਤੁਸੀਂ ਭੈਣਾਂ ਪੁਰਾਣੀ ਸਪੋਰਟ ਰਹੀ ਸ਼ੁਰੂ ਤੋਂ ਤੇ ਅੱਜ ਅਸਾਂ ਇੱਥੇ ਤੱਕ ਪਹੁੰਚੇ ਯੂਟਿਊਬਰਸ ਹਨੇ ਜ਼ੀਰੋ ਜ਼ੀਰੋ ਕੋ ਬਣਾਨੇ ਹੀਰੋ ਤੁਸੀਂ ਬਿਲਕੁਲ ਗੱਲ ਬਾਈ ਓਏ ਖੁਸ਼ ਕਰ ਸਟੀ ਗਿਆ ਜੀ ਅੱਛਾ ਯੂਟਿਊਬਰ ਹੋਣਾ ਜੀ ਜ਼ੀਰੋ ਤਾਂ ਬਣਾਨੇ ਸਾਰੀ ਫੈਮਿਲੀ ਹੀਰੋ ਵਾਹ ਜੀ ਵਾਹ ਬਹੁਤ ਬੜਾ ਢਿੱਲਾ ਕੁਮਾਰ ਜਿਤਨੇ ਵੀ ਯੂਟਿਊਬਰਸ ਨੇ ਸਾਰੇ ਕਿ ਤੁਸੀਂ ਹੀਰੋ ਬਣਾਇਆ ਕੋਈ ਆਪਣੀ ਕੋਈ ਹਿੰਮਤ ਕੋਈ ਔਰ ਨਾ ਕੁਝ ਹੈ ਸਭ ਕੁਝ ਸਾਰੇ ਪੈਣਾ ਭਰਾ ਅਸਾਂ ਕੀ ਬਣਾਨੇ ਬਿਲਕੁਲ ਜੀ ਮਕਬੂਜ਼ਾ ਕਸ਼ਮੀਰ ਸੋ ਕਿੰਨੀ ਜੰਮੂ ਕਸ਼ਮੀਰ ਸੋ ਕਿੰਨੀ ਪਾਕਿਸਤਾਨ ਸੋ ਕਿੰਨੀ ਬਠਾਣ ਸਾਡੇ ਭੈਣਾਂ ਭਰਾ ਆਲ ਵਰਲਡ ਸ਼ੁਕਰੀਆ ਤੁਹਾਨੂੰ ਅਦਾ ਕਰਨੀ ਹੈ ਸ਼ੁਕਰੀਆ ਤੁਹਾਨੂੰ ਪਿਆਰ ਨਾਲ ਮੁਹੱਬਤ ਨਾਲ ਔਰ ਸਪੋਰਟ ਨਾਲ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਪਿਆਰਾ ਪਾਕਿਸਤਾਨ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਪਿਆਰੇ ਪੈਣਾ ਭਰਾ ਬਜ਼ੁਰਗ ਬੱਚੇ ਜ਼ਿੰਦਾਬਾਦ ਅੱਲਾ ਹਾਫਿਜ਼